ਕਲਾਕਾਰਾਂ ਨੂੰ ਤਾਂ ਬਹੁਤਿਆਂ ਨੂੰ ਪਤਾ ਹੀ ਹੈ ਜਿਨ੍ਹਾਂ ਨੇ ਮੇਰੇ ਗੀਤ ਗਾਏ ਆ। ਭੂਸ਼ਣ ਕੁਮਾਰ ਹੋਣੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਨੰਨੂ ਜੀ ਕਹਿੰਦੇ ਹਾਂ, ਅਤੇ ਉੱਥੇ ਫਿਰ ਸਾਂਝੇ ਤੌਰ 'ਤੇ ਫੈਸਲਾ ਹੋਇਆ। ਈਵਨ ਸਰਬਜੀਤ ਚੀਮਾ ਵਾਰ ਸੁਣਾ ਨੇ ਵੀ ਕਹਿਣਾ, ਇੱਥੋਂ ਤੱਕ ਕਿ ਸਲੀਮ ਹੋਣੀ। ਫਿਰ ਉਹ ਰਣਜੀਤ ਖਲਨਾਇਕ ਹੁੰਦਾ ਸੀਗਾ, ਸੁਖਵਿੰਦਰ ਛਈਆ ਛਈਆ, ਸਰਦੂਲ ਨੂੰ 7 ਸਾਲ ਅਸੀਂ ਗਵਾਇਆ, ਧਰਮਿੰਦਰ ਜੀ, ਅਮਰੀਸ਼ ਪੁਰੀ, ਦਲੀਪ ਕੁਮਾਰ, ਹੇਮਾ ਮਾਲਨੀ, ਉਹਨਾਂ ਕੋਲ ਉਹੀ ਐਕਸ਼ਨ ਆ ਅਤੇ ਆਏ ਹਾਂ ਵਾਲੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ, ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ। ਅਤੇ ਹੁਣ ਆਪਾਂ ਅੱਗੇ ਗੱਲਾਂ ਕੰਟੀਨਿਊ ਕਰਾਂਗੇ ਜੀ ਸ਼ਮਸ਼ੇਰ ਸੰਧੂ ਜੀ ਨਾਲ। ਸੋ ਸਵਾਗਤ ਦੁਬਾਰਾ ਕਰਦਾ ਜੀ ਪਾਰਟ 2 ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚੈਨਲ ਸਤਰੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਅੱਜ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਅਤੇ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋ ਰਹੀਆਂ ਨਾਲ ਦੀ ਨਾਲ। ਅਤੇ ਹੁਣ ਆਪਾਂ ਇੱਕ ਗੱਲ ਕਰਦੇ ਹਾਂ, ਜਿਵੇਂ ਆਪਣੀ ਲਾਈਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਆਰਟਿਸਟ ਵਾਸਤੇ ਲੱਕ ਕਿੰਨਾ ਕੁ ਮਾਇਨੇ ਰੱਖਦਾ, ਤੁਸੀਂ ਦੱਸੋ ਲੱਕ ਦੀ ਗੇਮ ਹੈ ਜਾਂ ਪੈਸਾ ਲਾ ਕੇ ਆਪਣੇ ਆਪ ਨੂੰ ਸਟਾਰ ਬਣਾਇਆ ਜਾ ਸਕਦਾ? ਇਸ ਲਾਈਨ ਦੀ ਵੀ ਜ਼ਿੰਦਗੀ ਦੇ ਹਰੇਕ ਖੇਤਰ ਦੀ ਜੀ, ਸਮਾਜਿਕ ਖੇਤਰ ਆ, ਚਾਹੇ ਪੜ੍ਹਾਈ ਦਾ ਖੇਤਰ ਆ, ਬਿਜ਼ਨਸ ਦਾ ਖੇਤਰ ਆ, ਜੀ ਗੀਤ ਸੰਗੀਤ ਦਾ ਖੇਤਰ ਆ। ਇੱਕ ਤਾਂ ਗੱਲ ਇਹ ਆ ਵੀ ਇਹ ਕਲਾ ਦਾ ਖੇਤਰ ਸੀਗਾ, ਕਰਦਿਆਂ ਕਰਾਉਂਦਿਆਂ ਵਪਾਰ ਬਣ ਗਿਆ ਜੀ, ਟੋਟਲ ਕਮਰਸ਼ੀਅਲ ਹੋ ਗਿਆ ਸਾਰਾ ਕੁਛ ਜੀ। ਅਤੇ ਦੂਜਾ ਹੈ ਕਿ ਕੋਈ ਨਿਯਮ ਨਹੀਂ ਕਿਸੇ ਵੀ ਖੇਤਰ 'ਚ, ਕਈ ਇੰਨੇ ਮਿਹਨਤੀ ਗਾਇਕ ਆ ਜਾਂ ਗੀਤਕਾਰ ਆ, ਟੈਲੈਂਟਡ ਆ, ਉਹਨਾਂ ਦੀ ਗਾਇਕੀ ਨਹੀਂ ਚੱਲੀ ਜੀ, ਅਤੇ ਕਈ ਕਈਆਂ ਦਾ ਉੱਦਾਂ ਹੀ ਸੂਤ ਲੱਗ ਗਿਆ, ਸੂਤ ਲੱਗ ਗਿਆ। ਮਤਲਬ ਮੈਂ ਤਾਂ ਇਹਦੀ ਉਦਾਹਰਨ ਦਿੰਦਾ ਹੁੰਦਾ ਵੀ ਇਹ ਜਿਹੜੀ ਜ਼ਿੰਦਗੀ ਦੀ ਜਾਂ ਕਿਸੇ ਵੀ ਖੇਤਰ ਦੀ, ਜਿਵੇਂ ਬੱਸ ਦੇ ਵਿੱਚ ਨਾ 3 ਸੀਟਾਂ ਹੁੰਦੀਆਂ ਇੱਕ ਪਾਸੇ 2 ਸੀਟਾਂ ਹੁੰਦੀਆਂ। ਹੁਣ ਜਿਹੜਾ ਤਾਂ ਬਾਰੀ ਵਾਲੇ ਪਾਸੇ ਬੈਠਾ ਗਰਮੀਆਂ 'ਚ ਸਫ਼ਰ ਆ, ਉਹ ਤਾਂ ਕਹਿੰਦਾ ਆਹ ਨਜ਼ਾਰਾ ਹੀ ਆ ਜ਼ਿੰਦਗੀ, ਉਹਦੇ ਲਈ ਜ਼ਿੰਦਗੀ, ਉਹ ਚਾਹੇ ਸ਼ੀਸ਼ਾ ਖੋਲ੍ਹ ਲਵੇ ਚਾਹੇ ਬੰਦ ਕਰ ਲਵੇ, ਜਿਹੜਾ ਵਿਚਕਾਰ ਬੈਠਾ ਬੈਠਾ ਉਹ ਵੀ ਠੀਕ ਆ, ਪਰ ਉਹਨੂੰ ਥੋੜ੍ਹਾ ਜਿਹਾ ਲੱਤਾਂ ਨਹੀਂ ਖੋਲ੍ਹ ਕੇ ਬੈਠ ਸਕਦਾ ਜੀ। ਅਤੇ ਜਿਹੜਾ ਖੱਬੇ ਪਾਸੇ ਬੈਠਾ ਉਸੇ ਸੀਟ 'ਤੇ, ਉਹਨੂੰ ਲੰਘਦਿਆਂ ਕੰਡਕਟਰ ਵੀ ਧੱਕਾ ਜਿਹਾ ਮਾਰੀ ਜਾਂਦਾ, ਜਿਹੜੀ ਸਵਾਰੀ ਗਾਂਹ ਪਿਛਾਂ ਹੁੰਦੀ ਉਹ ਵੀ ਘਸਰ ਮਾਰ ਮਾਰ ਕੇ ਲੰਘ ਰਹੇ ਆ ਜੀ, ਅਤੇ ਉਹ ਤਿੰਨਾਂ ਲਈ ਜ਼ਿੰਦਗੀ ਅਲੱਗ ਅਲੱਗ ਜੀ। ਇਸੇ ਤਰ੍ਹਾਂ ਇਸ ਖੇਤਰ ਦੇ ਵਿੱਚ ਦੇਖਿਆ ਬੜੇ, ਮੈਂ ਤਾਂ ਇੱਕ ਵਾਰੀ ਲਿਸਟ ਬਣਾਈ ਸੀ, ਇੱਕ ਧਰਮ ਕਲਿਆਣ ਮੋਗੇ ਵੱਲ ਦਾ ਸਿੰਗਰ ਸੀ, ਇੰਨਾ ਵਧੀਆ ਗਾਉਂਦਾ ਸੀ, ਪਤਾ ਨਹੀਂ ਕਿਉਂ ਉਹਨੇ ਸਾਹਮਣੇ ਆਇਆ, ਮੁਖਤਿਆਰ ਮਣਕਾ ਸੀ। ਦੇਖਦਿਆਂ ਦੇਖਦਿਆਂ ਦਵਿੰਦਰ ਕੋਹੇ ਨੂਰ, ਰਣਜੀਤ ਮਣੀ ਹੋਣੀ ਜੀ, ਬਹੁਤ ਵਧੀਆ ਸਟਾਰ ਸੀ ਜੀ, ਅੱਜ ਉਹ ਦੂਸਰਾ ਦਿਸ ਨਹੀਂ ਰਹੇ ਜਾਂ ਸਾਹਮਣੇ ਨਹੀਂ ਆ ਰਹੇ। ਇਸੇ ਤਰ੍ਹਾਂ ਬੰਤ ਰਾਮਪੁਰੇ ਵਾਲਾ ਕਿੰਨਾ ਵਧੀਆ ਰਾਈਟਰ ਸੀ ਜੀ, ਅਤੇ ਸਾਜਨ ਰਾਏ ਕੁੱਟੀ ਕਿੰਨਾ ਵਧੀਆ ਰਾਈਟਰ ਸੀਗਾ, ਲੇਕਿਨ ਇੰਨਾ ਤੇਜ਼ੀ ਦਾ ਯੋਗਾ ਭੁੱਲ ਭੁਲਾ ਗਿਆ। ਹੋਰ ਬੜੇ ਇੱਦਾਂ ਅਕਬਰ ਅਲੀ ਯੋਧਾ ਦਾ ਤਾਂ ਕਿਸੇ ਵੇਲੇ ਮਾਣਕ ਦਾ ਮੁਕਾਬਲਾ ਹੁੰਦਾ ਹੁੰਦਾ ਸੀਗਾ, ਇੱਕੋ ਜਿਹੀ ਆ ਜੀ, ਅਤੇ ਉਹ ਆਏ ਨਹੀਂ, ਕਈ 20-25 ਸਾਲ ਹੋ ਗਏ ਉਹਨਾਂ ਨੂੰ ਗਾਉਂਦਿਆਂ। ਇੱਕ ਸਿਰਾਜ ਮੁਹੰਮਦ ਹੁੰਦਾ ਸੀ ਜੀ, ਅਖਤਰ ਅਲੀ ਮਤੋਈ ਨਾਂ ਦੇ 2-3 ਹੋਏ ਆ। ਅਤੇ ਮੈਥੋਂ ਮੈਂ ਸਮਝਦਾ ਜਨਕ ਸ਼ਰਮੀਲਾ ਬਹੁਤ ਵਧੀਆ ਰਾਈਟਰ ਹੋਇਆ ਹੋਇਆ ਕਿ ਮੇਰਾ ਮਿੱਤਰ ਵੀ ਇਹ ਗੱਲਬਾਤ ਹੁੰਦੀ ਰਹਿੰਦੀ, ਜਿਹਦੇ ਸਦੀਕ ਦੇ ਇੱਕ ਵਾਰ ਗੀਤ ਬਹੁਤ ਚੱਲੇ ਸੀ, ਮੇਰੇ ਜੇਠ ਦੀ ਗਿੱਚੀ 'ਤੇ ਲੋਕੋ ਛਿੱਤਰਾਂ ਦਾ ਮੀਂਹ ਵਰਦਾ, ਅਤੇ ਪੈਂਦੀ ਹੈ ਛਣਕ ਮੇਰੀ ਵੰਗ ਵੇ ਚੀਰੇ ਵਾਲਿਆ ਗੱਭਰੂਆ, ਉਹ ਸਾਡੇ ਬਹੁਤਿਆਂ ਨਾਲੋਂ ਬੈਟਰ ਰਾਈਟਰ ਸੀਗਾ, ਮੈਂ ਤਾਂ ਉਹਦਾ ਸ਼ਰਧਾਲੂ ਹਾਂ ਜੀ, ਲੇਕਿਨ ਆਮ ਲੋਕਾਂ ਦੇ ਵਿੱਚ ਜ਼ਰਾ ਜੇ ਉਹ ਖੜ ਕੇ ਕਹੇ ਮੈਂ ਜਨਕ ਸ਼ਰਮੀਲਾ, ਅਤੇ ਹੋ ਸਕਦਾ ਸੱਤੀ ਜੀ ਤੁਹਾਡੀ ਉਮਰ ਵਾਲੇ ਦਾ ਕਹਿਣ ਵੀ ਭਾਈ ਸਾਹਿਬ ਪਹਿਲਾਂ ਇਹ ਤਾਂ ਦੱਸੋ ਜਨਕ ਸ਼ਰਮੀਲਾ ਕੌਣ, ਲੇਖਕ ਕੋ, ਗਾਇਕ ਹੋ। ਇਸ ਤਰ੍ਹਾਂ ਦੀਆਂ ਇੰਨੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਆਪਣੇ ਖੇਤਰ ਦੀਆਂ। ਹੁਣ ਇੱਥੇ ਕੀ ਕਹਾਂਗੇ, ਕਿਸਮਤ, ਹਿੰਮਤ, ਮਿਹਨਤ ਜੀ, ਕੁਛ ਪਤਾ ਹੀ ਨਹੀਂ ਲੱਗਦਾ ਜੀ। ਕਿਆ ਬਾਤ ਹੈ, ਬਹੁਤ ਵਧੀਆ, ਤੁਹਾਡੀਆਂ ਉਦਾਹਰਣਾਂ ਹੀ ਬਹੁਤ ਸੋਹਣੀਆਂ ਸੀਗੀਆਂ। ਜਿਹੜੀ ਬੱਸ ਕੰਡਕਟਰ ਵਾਲੀ ਉਹ ਤਾਂ ਮੈਂ ਆਪ ਬਹੁਤ ਗੌਰ ਨਾਲ ਗੱਲ ਮਤਲਬ ਕਿ ਸੁਣਨ ਵਾਲੀ ਸੀਗੀ, ਬਹੁਤ ਵਧੀਆ ਉਹਦਾ ਸਫ਼ਰ ਹੰਢਾ ਕੇ ਦੇਖਿਆ, ਸਫ਼ਰ ਮਤਲਬ ਕਿ ਬਹੁਤ ਸਿੱਖਣ ਵਾਲੀ ਗੱਲ ਸੀਗੀ ਹਰ ਇੱਕ ਬੰਦੇ ਨੂੰ, ਉਹਦੇ ਕੋਲ ਤਾਂ ਬਹੁਤ ਗੱਲ 'ਚੋਂ ਸਿੱਖਣ ਨੂੰ। ਸਾਡੇ ਬਿੰਦਰਖੀਏ ਦੀ ਮਿਸਾਲ ਲੈ ਲਓ, ਬਿੰਦਰਖੀਆ ਸਰਦੂਲ ਹੰਸ ਹੋਣਾ ਵਾਂਗ, ਵਾਰ ਸੋਣਾ ਵਾਂਗ ਟ੍ਰੇਨਡ ਸਿੰਗਰ ਥੋੜ੍ਹਾ ਸੀ, ਬਿਲਕੁਲ ਗੋਡ ਗਿਫਟਡ ਸੀ ਜੀ, ਉਹ ਥੱਕਦਾ ਹੀ ਨਹੀਂ ਸੀ, ਸਟੈਮਿਨਾ ਇੰਨਾ ਸੀ, ਕੋਈ ਹੋਮਵਰਕ ਨਹੀਂ ਸੀ ਕਰਨਾ ਪੈਂਦਾ, ਹਾਂਜੀ ਬਸ ਉਹ 5-10 ਮਿੰਟ 'ਚ ਗੀਤ ਤਿਆਰ ਕਰਦੇ ਸੀ। ਮੈਂ ਇੱਕ ਹੋਰ ਤੁਹਾਡੇ ਨਾਲ ਇਸੇ ਸਿਲਸਿਲੇ ਬਾਰੇ ਗੱਲ ਕਰਨੀ ਸੀਗੀ, ਕੋਈ ਐਸਾ, ਕਿਉਂਕਿ ਤੁਸੀਂ ਬਹੁਤ ਸਾਰੇ ਪੰਜਾਬੀ ਸਿੰਗਰਸ ਹੰਢਾਏ ਹਨ, ਬਹੁਤ ਸਾਰੇ ਸਿੰਗਰ ਨੂੰ ਤੁਸੀਂ ਗਾਣੇ ਵੀ ਦਿੱਤੇ, ਅਤੇ ਬਹੁਤ ਐਸੇ ਵੀ ਨੇ ਜਿਹੜੇ ਤੁਹਾਡੇ ਤੋਂ ਲੈਣਾ ਚਾਹੁੰਦੇ ਸੀ ਪਰ ਚਲੋ ਕਿਸੇ ਕਾਰਨਾਂ ਕਰਕੇ ਨਹੀਂ, ਪਰ ਕੋਈ ਤੁਹਾਡੀ ਲਾਈਫ ਦੇ ਵਿੱਚ ਹੁਣ ਤੱਕ ਦਾ ਐਸਾ ਕੋਈ ਐਸਾ ਆਰਟਿਸਟ ਆਇਆ ਜਿਹਨੂੰ ਤੁਸੀਂ ਸੋਚਦੇ ਨਹੀਂ ਸੀਗੇ ਕਿ ਸਟਾਰ ਬਣੂਗਾ ਪਰ ਉਹ ਸਟਾਰ ਬਣ ਗਿਆ, ਕੋਈ ਐਸਾ ਜਿਸ ਤੋਂ ਨਹੀਂ ਸੀਗੇ ਕਿ ਯਾਰ ਇਹ ਬੰਦਾ ਨਹੀਂ ਚੱਲ ਸਕਦਾ, ਕੋਈ ਐਸਾ ਆਰਟਿਸਟ ਹੋਵੇ ਯਾਦ ਐਸੀ ਕੋਈ ਹੋਵੇ?
ਚੇਤੇ 'ਚ ਨਹੀਂ ਆ ਰਿਹਾ ਸਰ, ਆ ਨਹੀਂ ਰਿਹਾ ਜੀ, ਆ ਜਾਵੇ ਤਾਂ ਮੈਂ ਜ਼ਰੂਰ ਜ਼ਿਕਰ ਵੀ ਕਰਦੇ ਹਾਂ ਜੀ। ਅਤੇ ਕੋਈ ਹੋਰ ਮਤਲਬ ਕਿ ਜ਼ਿੰਦਗੀ ਦਾ, ਚਲੋ ਆਪਾਂ ਬਾਕੀ ਗੱਲਾਂ ਬਾਅਦ 'ਚ ਕਰਦੇ ਹਾਂ, ਪਹਿਲਾਂ ਹੁਣ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਗੱਲਾਂ ਬਾਤਾਂ ਕਰਦੇ ਨੂੰ, ਕੋਈ ਤੁਹਾਡੀ ਕਵਿਤਾ ਆਪਾਂ, ਕੋਈ ਗਾਣਾ ਜੋ ਤੁਸੀਂ ਆਪਣਾ ਤੁਹਾਡਾ ਜੋ ਵੀ ਮਨ ਪਸੰਦੀਦਾ ਹੋਵੇ ਉਹ ਆਪਾਂ ਜ਼ਰੂਰ ਉਹਦੀਆਂ ਦੋ ਲਾਈਨਾਂ ਤੁਹਾਡੇ ਤੋਂ ਸੁਣਨਾ ਚਾਹਾਂਗੇ। ਹਾਂ, ਮੈਂ ਹੁਣ ਕਵਿਤਾਵਾਂ ਗਜ਼ਲਾਂ ਉਦੋਂ ਵੀ ਨਾਲ ਨਾਲ ਲਿਖਦਾ ਰਿਹਾ ਜੀ, ਪਹਿਲਾਂ ਤਾਂ ਮੇਰਾ ਗੀਤਾਂ ਤੋਂ ਪਹਿਲਾਂ ਉਹੀ ਖੇਤਰ ਸਾਹਿਤ ਖੇਤਰ ਸੀਗਾ ਜੀ, ਅਤੇ ਹੁਣ ਵੀ ਇਹ ਵਿੱਚ ਬਈ ਜਿਸ ਤਰ੍ਹਾਂ ਸੀ ਕਿ ਨਹੀਂ ਲੋੜ ਕਿਸੇ ਛੜਯੰਤਰ ਦੀ, ਮੈਂ ਆਪਣੇ ਆਪ ਹੀ ਡਰ ਜੂੰਗਾ, ਤੁਸੀਂ ਜਿੱਤਦੇ ਜਸ਼ਨ ਮਨਾ ਲੈਣੇ, ਮੈਂ ਮਿੱਥ ਕੇ ਬਾਜ਼ੀ ਹਾਰ ਜੂੰਗਾ, ਇਹ ਕਵੀ ਗਜ਼ਲ ਗੋ ਗੀਤਕਾਰ ਮੇਰੀ ਨਜ਼ਰ 'ਚ ਇੱਕੋ ਟੱਬਰ ਹੈ, ਜੇ ਲਾਈਨਾਂ ਵੱਖ ਬਣਾਓਗੇ ਮੈਂ ਗੀਤਕਾਰਾਂ ਵਿੱਚ ਖੜ ਜੂੰਗਾ, ਮੈਂ ਭਗਤ ਸਿੰਘ ਦਾ ਗੋਤੀ ਹਾਂ ਅਤੇ ਧੂੜ ਹਾਂ ਉਹਦੇ ਚਰਨਾਂ ਦੀ, ਜੇ ਲੋੜ ਪਈ ਤਾਂ ਦੱਸ ਦਿਓ ਮੈਂ ਹੱਸ ਕੇ ਸੂਲੀ ਚੜ ਜੂੰਗਾ। ਅਤੇ ਇਸ ਤਰ੍ਹਾਂ ਦੀ ਮੈਂ ਕਵਿਤਾਵਾਂ ਗਜ਼ਲਾਂ ਬਹੁਤ ਸਰਾ ਲਿਖ ਰਿਹਾ ਵੀ ਕਿਸ ਧਰਤੀ ਦੇ ਰੱਬ ਨੇ ਹੋ ਗਏ ਚੱਜ ਦੇ ਬੰਦੇ, ਹਾਏ ਕਿਉਂ ਇੰਨੇ ਦੁਰਲੱਭ ਹੋ ਗਏ ਚੱਜ ਦੇ ਬੰਦੇ, ਅੱਗ ਦਾ ਦਰਿਆ ਤਰ ਜਾਂਦੇ ਸੀ ਕਮਜ਼ੋਰਾਂ ਨਾਲ ਖੜ ਜਾਂਦੇ ਸੀਗੇ, ਕਿਹਨੇ ਲਕੋਲੇ ਚੱਜ ਦੇ ਬੰਦੇ, ਕਿੱਥੇ ਖੋ ਗਏ ਚੱਜ ਦੇ ਬੰਦੇ, ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ। ਇੱਕ ਜਿਹੜੀ ਹੋਰ ਗੱਲ ਮੈਂ ਸਮਝਦਾ ਵੀ ਇਹ ਹੈ, ਮੈਂ ਬੜੇ ਫਖਰ ਨਾਲ ਕਹਿੰਦਾ ਹੁੰਦਾ ਜੀ ਕਲਾਕਾਰਾਂ ਨੂੰ, ਤਾਂ ਬਹੁਤੇ ਨੂੰ ਪਤਾ ਹੀ ਹੈ ਜਿਨ੍ਹਾਂ ਨੇ ਮੇਰੇ ਗੀਤ ਗਾਏ ਆ ਜੀ, ਵੀ 99% ਗੀਤ ਦੀ ਤਰਜ਼ ਜਿਹੜੀ ਹੁੰਦੀ ਸੀ ਉਹ ਮੈਂ ਹੀ ਬਣਾਉਂਦਾ, ਤੁਹਾਡੀ ਬਣਾਈ ਹੁੰਦੀ ਸੀਗੀ। ਮੈਂ ਬਹੁਤ ਵਾਰੇ ਮਤਲਬ ਕਿ ਇਸ ਗੱਲ ਨੂੰ ਮੈਂ ਵੀ ਬਹੁਤ ਸੁਣਿਆ, ਮਤਲਬ ਕਿ ਜਿਵੇਂ ਨਹੀਂ ਵੀ ਸੀ ਦੂਸਰਾ ਦੱਸਦਾ, ਮੈਂ ਕਾਗਜ਼ ਤੋਂ ਬੋਲ ਦਿੰਦਾ ਸੀ ਜੀ, ਫਿਰ ਉਹ ਗਾਇਕ ਜਾਂ ਸੰਗੀਤਕਾਰ ਕਹਿ ਦਿੰਦਾ ਸੀ ਵੀ ਤੁਸੀਂ ਕਿਵੇਂ ਚਿਤਵਿਆ ਹੋਇਆ ਜੀ ਉਹ ਦੱਸੋ ਜੀ, ਫਿਰ ਜਿਵੇਂ ਮੈਂ ਚਿਤਵਿਆ ਹੁੰਦਾ ਸੀਗਾ ਮੈਂ ਗਾ ਕੇ ਦੱਸ ਦਿੰਦਾ ਸੀਗਾ, ਅਤੇ ਉਹ ਫਿਰ ਮੋਸਟਲੀ ਇਸ ਤਰ੍ਹਾਂ ਜਿਹੜੀ ਇਹ ਇੱਕ ਪ੍ਰਭਾਵ ਬਣ ਗਿਆ ਸੀ ਵੀ ਇਹਦੇ ਜਿਹੜੀ ਲਿਖੇ ਵਾਲੀ ਇਹਦੀ ਜਿਹੜੀ ਤਰਜ਼ ਆ ਨਾ ਵੀ ਇਹ ਚੱਲ ਜਾਂਦੀ ਹੈ। ਸਤਵਿੰਦਰ ਬਿੱਟੀ ਨੇ ਮੋਸਟਲੀ ਉਹ ਤਰਜ਼ਾਂ ਜੀ ਮੈਥੋਂ ਹੀ ਬਣਵਾਈਆਂ, ਅਤੇ ਈਵਨ ਸਰਬਜੀਤ ਚੀਮਾ ਵਾਰ ਸੋਹਣਾ ਨੇ ਵੀ ਕਹਿਣਾ ਜੀ ਕਿ ਤੁਸੀਂ ਆਹ ਦੱਸ ਦਿਓ, ਇੱਥੋਂ ਤੱਕ ਕਿ ਸਲੀਮ ਹੋਣੀ ਜਾਂ ਸਰਦੂਲ ਦਾ, ਸਰਦੂਲ ਨੂੰ 7 ਸਾਲ ਅਸੀਂ ਗਵਾਇਆ ਵਿਸਾਖੀਆਂ 'ਚ ਨਿਊ ਜੇਰਾਂ 'ਚ ਜੀ, ਉਹ ਕਹਿੰਦਾ ਹੁੰਦਾ ਸੀ ਮੇਰਾ ਇੱਕੋ ਵਾਰੀ ਉਹ ਗੀਤ ਚੱਲਿਆ, ਫਿਰ ਬਾਕੀ ਵਾਰ ਗੀਤ ਕਿਉਂ ਨਹੀਂ ਚੱਲਿਆ ਜਿਵੇਂ ਦੂਜਿਆਂ ਦੇ ਚੱਲੇ ਆ, ਅਤੇ ਮੈਂ ਉਹਨੂੰ ਪਿਆਰ ਨਾਲ ਹਾਸੇ ਨਾਲ ਕਿਹਾ, ਮੈਂ ਕਿਹਾ ਇੱਕੋ ਵਾਰ ਜਿਹੜਾ ਚੱਲਿਆ ਉਹਦੀ ਤਾਂ ਤਰਜ਼ ਮੈਂ ਬਣਾਈ ਸੀਗੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਗੀਤਕਾਰੀ ਦੇ ਵਿੱਚੋਂ ਕੋਈ ਐਸਾ ਗਾਣਾ, ਆਪਾਂ ਪਹਿਲਾਂ ਸਿੰਗਰਸ ਦੀ ਗੱਲ ਕੀਤੀ, ਕੋਈ ਸਿੰਗਰ ਐਸਾ ਦੱਸੋ ਜਿਹੜਾ ਬੰਦਾ ਸਟਾਰ ਬਣੇ, ਤੁਸੀਂ ਕਿਹਾ ਕਿ ਮੈਨੂੰ ਐਸਾ ਯਾਦ ਨਹੀਂ ਕੋਈ, ਹੈ ਨਾ, ਜਿਹੜਾ ਸੋਚਿਆ ਨਹੀਂ ਸੀਗਾ ਕਿ ਬਣੂਗਾ ਅਤੇ ਪਰ ਬਣ ਗਿਆ ਉਹ। ਹੁਣ ਕੋਈ ਤੁਹਾਡੇ ਗੀਤਕਾਰੀ ਦੇ ਗਾਣਿਆਂ ਦੇ ਵਿੱਚੋਂ ਅਗਰ ਗੱਲ ਕਰੀਏ, ਕੋਈ ਐਸਾ ਗਾਣਾ ਜਿਹੜਾ ਤੁਹਾਨੂੰ ਲੱਗਦਾ ਸੀ ਇਹ ਨਹੀਂ ਚੱਲੂਗਾ ਅਤੇ ਉਹ ਚੱਲ ਗਿਆ, ਜਾਂ ਤੁਹਾਨੂੰ ਪਹਿਲਾਂ ਪਤਾ ਹੁੰਦਾ ਸੀਗਾ ਲਿਖਣ ਲੱਗੇ ਕਿ ਇਹ ਚੀਜ਼ ਇਹ ਗਾਣਾ ਕੁਛ ਕਰ ਸਕਦਾ? ਹਾਂ, ਈਵਨ ਜਿਹੜਾ ਹੈ ਨਾ ਮੁਖੜਾ ਦੇਖ ਕੇ ਜੀ, ਇਹ ਮੈਨੂੰ ਇੰਨੀ ਆਸ ਨਹੀਂ ਸੀ ਕਿਉਂਕਿ ਜਦੋਂ ਇਹਦਾ ਟਾਈਟਲ ਰੱਖਣਾ ਸੀਗਾ ਭੂਸ਼ਣ ਕੁਮਾਰ ਹੋਣੀ ਜਿਹਨਾਂ ਨੂੰ ਅਸੀਂ ਪਿਆਰ ਨਾਲ ਨੰਨੂ ਜੀ ਕਹਿੰਦੇ ਹਾਂ ਜੀ, ਉਦੋਂ ਇਹਦੇ 3-4 ਟਾਈਟਲ ਸੋਚੇ ਸੀ, ਮੈਂ ਸੋਚਦਾ ਸੀ ਵੀ ਉਹਨਾਂ 'ਚ ਰੱਖ ਲਈਏ, ਅਤੇ ਉੱਥੇ ਫਿਰ ਸਾਂਝੇ ਤੌਰ 'ਤੇ ਫੈਸਲਾ ਹੋਇਆ ਵੀ ਨਹੀਂ ਆਹ ਰੱਖ ਲਈਏ, ਇਹਦੀ ਵੀਡੀਓ ਬਣਾਉਣੀ ਆ ਜੀ, ਅਤੇ ਮਤਲਬ ਮੈਨੂੰ ਇਉਂ ਲੱਗਦਾ ਸੀ ਵੀ ਲੱਕ ਟੁਣੂ ਟੁਣੂ ਵਾਲਾ ਬਈ ਬਹੁਤ ਜ਼ਿਆਦਾ ਚੱਲ ਜੂਗਾ ਜੀ, ਉਹ ਉਹਨਾਂ ਨਹੀਂ ਫਿਰ ਚੱਲਿਆ, ਪਰ ਚੱਲਿਆ ਫਿਰ ਵੀ ਬਿਲਕੁਲ। ਇਸੇ ਤਰ੍ਹਾਂ ਦੁਪੱਟਾ ਸਤਰੰਗ ਦਾ ਤੇ ਕੈਸਟ ਵਿੱਚ ਇੱਕ ਗੀਤ ਸੀਗਾ ਕੁੜੀਏ ਪੰਜਾਬ ਦੀ ਹੈ ਜੀ, ਉਹ ਆਸ ਸੀ ਕਿ ਇਹ ਕਾਫੀ ਜ਼ਿਆਦਾ ਜੀ ਚੱਲੂਗਾ, ਲਿਖਣ ਪੱਖੋਂ ਜ਼ਿਆਦਾ ਤ੍ਰਿਪਤੀ ਹੋਈ ਸੀਗੀ, ਪਰ ਦੁਪੱਟਾ ਸਤਰੰਗ ਦਾ ਸਾਡਾ ਇੰਨਾ ਉੱਠ ਖੜਿਆ ਉਹ ਬਾਕੀ ਗੀਤ ਉਹਦੇ ਮੁਕਾਬਲੇ ਫਿੱਕੇ ਪੈ ਗਏ ਉਹਦੇ ਅੱਗੇ। ਇਸ ਤਰ੍ਹਾਂ ਦਾ ਬੜੀ ਵਾਰ ਹੋ ਜਾਂਦਾ, ਬਹੁਤ ਹੀ ਵਾਰ, ਪਰ ਮੈਨੂੰ ਲੱਗਦਾ ਹੁੰਦਾ ਸੀ ਵੀ ਆਹ ਮੈਂ ਕਿਹਾ ਜੀ ਦੇਖੋ ਹੁਣ ਯਾਰ ਬੋਲਦਾ ਆਏ ਗਣਾ, ਮਤਲਬ ਜੀ ਦੇਖੋ ਇਹ 22 ਕੈਰਟ 24 ਕੈਰਟ 26 ਉਹਨੇ ਦੇ ਰਿਕਾਰਡ ਤੋੜੇ ਸੀਗੇ ਨਾ ਪੂਰੇ, ਮਤਲਬ ਕਿ ਅੱਜ ਵੀ ਡੀਜਿਆਂ ਦੇ ਉੱਤੇ ਕੋਈ ਪਾਰਟੀ ਐਸੀ ਨਹੀਂ ਹੁੰਦੀ, ਕੋਈ ਪ੍ਰੋਗਰਾਮ ਐਸਾ ਨਹੀਂ ਹੁੰਦਾ ਜਿਹੜਾ ਮਤਲਬ ਕਿ ਉਸ ਗਾਣੇ ਤੋਂ ਬਗੈਰ ਹੋ ਸਕੇ ਕੰਪਲੀਟ, ਉਹਦਾ ਪੱਕਾ ਹੀ ਹੈ। ਅਤੇ ਉਹ ਜਿਵੇਂ ਹੁਣ ਗਾਣੇ ਦੀ ਵਰਡਿੰਗ ਹੈ ਯਾਰ ਤੇਰੇ 'ਚ ਤੇਰਾ ਯਾਰ ਬੋਲਦਾ, ਉਦੋਂ ਕੋਈ ਕੰਟਰੋਵਰਸੀ ਨਹੀਂ ਹੋਈ ਇੱਦਾਂ ਦੀ ਲੋਕ, ਕਿਉਂਕਿ ਲੋਕ ਅੱਜ ਕੱਲ੍ਹ ਕਹਿੰਦੇ ਨੇ ਲੱਚਰ ਗਾਇਕੀ ਅਤੇ ਇੱਦਾਂ ਦਾ। ਉਹਦੀ ਸੀ ਆਪਣਾ ਹਰਜਿੰਦਰ ਸਿੰਘ ਰੈੱਡ ਐੱਫ ਐੱਮ ਵਾਲੇ ਕੈਨੇਡਾ ਵਾਲੇ, ਉਹਨਾਂ ਨੇ ਵੀ ਇਹ ਗੱਲ ਉਠਾਈ ਸੀ, ਉਹਦਾ ਕਾਫੀ ਪ੍ਰੋਗਰਾਮ ਦੇਖਿਆ ਜਾਂਦਾ ਜੀ, ਹੋਰ ਵੀ ਕਈ ਥਾਈ ਹੋਇਆ ਇਹ ਕਿੰਤੂ ਪਰੰਤੂ, ਅਤੇ ਬਈ ਉਹ ਤਾਂ ਜੀ ਪਤੀ ਪਤਨੀ ਜਦੋਂ ਨੱਚਦੇ ਆ ਇੱਕ ਦੂਜੇ ਨੂੰ ਕਹਿੰਦੇ ਤੇਰੇ 'ਚ ਤੇਰਾ ਯਾਰ ਬੋਲਦਾ, ਉਹ ਮੈਂ ਕਿਹਾ ਸੀਗਾ ਵੀ ਤੁਸੀਂ ਧਿਆਨ ਦਿਓ ਕਿ ਪੰਜਾਬੀ ਦੇ ਜਿਹੜੇ ਸਰੋਤੇ ਦਰਸ਼ਕ ਆ ਨਾ ਉਹਨਾਂ ਕੋਲ ਐਕਸ਼ਨ ਹੀ 2.5-3-4 ਐਕਸ਼ਨ ਆ,
ਉੱਥੇ ਤੁਸੀਂ ਮਿਰਜ਼ਾ ਜੰਡ ਦੇ ਹੇਠ ਮਾਰਨ ਵਾਲਾ ਗਾਈ ਜਾਓ ਜੀ, ਜਾਂ ਕਹਿ ਲਓ ਤੁਸੀਂ ਬਈ ਜੱਗਾ ਗਾ ਲਓ ਕਿ ਨੌਵਾਂ ਰੇਤ ਭੇਜੀ ਗਈ ਜੱਗਾ ਮਾਰਿਆ ਵੋੜ ਦੀ ਸ਼ਾਮ ਜੀ, ਉਹਨਾਂ ਕੋਲ ਉਹੀ ਐਕਸ਼ਨਾਂ 'ਤੇ ਆਏ ਹਾਂ ਵਾਲੇ, ਅਤੇ ਉਹੀ ਐਕਸ਼ਨ ਉੱਥੇ ਭਾਵੇਂ ਗੀਤੇ ਜੈਲਦਾਰ ਦਾ ਗੀਤ ਲਾ ਲਓ, ਭਾਵੇਂ ਬਿੰਦ ਰੱਖੀਏ ਦਾ ਲਾ ਲਓ ਜੀ, ਇਹ ਇਸ ਗੀਤ ਦੇ ਵਿਚਾਰੇ 'ਤੇ ਮਤਲਬ ਕਿ ਜਦੋਂ ਬੰਦਾ ਇਨਸਾਨ ਇੰਜੋਏ ਕਰ ਰਿਹਾ ਹੁੰਦਾ ਉਹਨੂੰ ਕੁਛ ਨਹੀਂ ਪਤਾ ਹੁੰਦਾ ਆਪਣੇ ਆਪ, ਹਾਂ ਉਹਦੇ 'ਚ ਇੱਕ ਜਿਹੜੀ ਹੈਗਾ ਜਿਹਨੂੰ ਆਪਾਂ ਭੰਗੜਾ ਬੀਟ ਕਹਿੰਦੇ ਹਾਂ, ਢੋਲ ਬੀਟ ਕਹਿੰਦੇ ਹਾਂ, ਡਾਂਸ ਬੀਟ ਕਹਿ ਦਿੰਦੇ ਹਾਂ, ਅਤੇ ਇੱਕ ਜਿਹੜਾ ਉਹ ਲੋਰ ਜੀ ਦੇ ਵਿੱਚ ਆ ਕੇ ਉਹ ਸਾਰੇ ਨੱਚਦੇ ਆ ਅਤੇ ਉਹੀ ਐਕਸ਼ਨ ਕਰਦੇ ਜੀ। ਹੁਣ ਆਪਾਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਤੁਹਾਡੇ ਪੁਰਾਣੇ ਜਿਹੜੇ ਆਪਣਾ ਵੀਡੀਓ ਦਾ ਦੌਰ ਹੁੰਦਾ ਸੀਗਾ, ਤੁਹਾਡੇ ਗਾਣੇ ਅਕਸਰ ਮੈਂ ਦੇਖੇ ਆ ਕਿ ਕਾਫੀ ਗਾਣੇ ਹਿੱਟ ਇੱਦਾਂ ਕਿ ਉਹਨਾਂ ਦੀ ਵੀਡੀਓ ਵੀ ਡਬਲ ਡਬਲ ਬਣੀ, ਹੈ ਨਾ ਜੀ, ਮਿੰਦਰ ਖਿਆ ਜੀ ਦੇ ਗਾਣੇ ਕਰਕੇ ਵੀਡੀਓ ਪਹਿਲਾਂ ਇੱਥੇ ਸ਼ੂਟ ਹੋਇਆ ਉਸ ਤੋਂ ਬਾਅਦ ਫਿਰ ਬਿਲਕੁਲ, ਉਹਦਾ ਕੀ ਕਾਰਨ ਹੁੰਦਾ ਸੀਗਾ? ਉਹਦਾ ਕਾਰਨ ਹੁੰਦਾ ਸੀ ਵੀ ਸਾਨੂੰ ਪੂਰੀ ਖੁੱਲ੍ਹ ਦੇ ਦਿੰਦੇ ਸੀ ਵੀ ਤੁਸੀਂ ਆਹ ਭਾਈ ਆਹ ਗੀਤ ਆ ਗਾਇਕ ਆ ਆਹ ਬਜਟ ਆ ਅਤੇ ਜੋ ਮਰਜ਼ੀ ਕਰੋ ਜੀ। ਅਤੇ ਉਹਦੇ ਵਿੱਚ ਕੀ ਸੀ ਵੀ ਅਸੀਂ ਜਦੋਂ ਯਾਰ ਬੋਲਦਾ ਇੱਥੇ ਫਿਲਮ ਆ ਰਹੇ ਸੀਗੇ ਅਤੇ ਉਹ 32,000 ਦੇ ਵਿੱਚ ਸਾਰਾ ਇੱਥੇ ਸ਼ੂਟ ਹੋਇਆ, ਸੁਹਾਣੇ ਕੋਲ ਸ਼ੂਟ ਹੋਇਆ ਸੀਗਾ ਜੀ। ਅਤੇ ਜੱਸੀ ਭਾਅ ਜੀ ਕਹਿੰਦੇ ਵੀ ਆਪਣੇ ਕੋਲ ਅਜੇ ਸ਼ਿਫਟ ਪਈ ਆ, ਟਾਈਮ ਹੈਗਾ ਅਤੇ ਇੱਕ ਗੀਤ ਆਪਾਂ ਹੋਰ ਕੱਢ ਸਕਦੇ ਹਾਂ। ਅਤੇ ਉਹਦੇ 'ਚ ਕੀ ਹੋਇਆ ਵੀ ਇਹ ਕਹਿੰਦੇ ਵੀ ਉਹ ਦੂਜਾ ਜਿਹੜਾ ਹੈਗਾ ਸਾਨੂੰ ਟੇਢੀ ਟੇਢੀ ਤੱਕ ਦੀ ਤੂੰ ਜੀ, ਚਲੋ ਇਹਨਾਂ ਨੇ ਉਹ ਇੰਨੀ ਸਿਚੁਏਸ਼ਨ ਬਣਾਈ, ਸਟੋਰੀ ਲਾਈਨ ਕੀ ਆ ਰਵਿੰਦਰ ਖੇ ਚਵਾਰੇ ਤੋਂ ਉਤਰਦਾ ਪੱਗ ਬੰਨ ਕੇ ਜੀ, ਅਤੇ ਥੱਲੇ ਲੋਹੜੀ ਜੀ ਵਾਲੀ ਆ, ਚਾਰ ਕਲੱਕੜਾਂ ਧਰੀਆਂ, ਮੰਜੇ ਕੁਰਸੀਆਂ ਜੇ ਧਰੇ ਆ ਜੀ, ਅਤੇ ਉਹ ਗੀਤ ਉਹ ਸਟੋਰੀ ਲਾਈਨ ਉਸੇ ਤਰ੍ਹਾਂ ਦਾ ਉਹ ਬੇਹੱਦ ਪਸੰਦ ਕਰ ਲਿਆ ਗਿਆ। ਅਤੇ ਇਸੇ ਤਰ੍ਹਾਂ ਪੇਕੇ ਹੁੰਦੇ ਮਾਮਾ ਨਾਲ ਜੀ, ਅਤੇ ਮਤਲਬ ਕਿਹੜੇ ਕਿਹੜੇ ਗੀਤ ਦੀ ਗੱਲ ਕਰੀਏ ਅਸੀਂ, ਉਹਦੇ 'ਚ ਇੱਕ ਹੋਰ ਸੀ ਵੀ ਜਦੋਂ ਸਾਡਾ ਇਹ ਮੁਕਾਬਲੇ ਬਾਜੀ ਪਈ ਨਾ, ਸਾਡਾ ਮੁਕਾਬਲਾ ਸੀ ਵੱਡਾ ਜਲੰਧਰ ਦੂਰਦਰਸ਼ਨ 'ਤੇ 31 ਦਸੰਬਰ ਦੇ ਨਿਊ ਈਅਰ ਪ੍ਰੋਗਰਾਮਾਂ ਦੇ ਨਾਲ ਜੀ, ਜਦੋਂ ਸਾਨੂੰ ਇੱਧਰੋਂ ਮੌਕਾ ਮਿਲਿਆ, ਬਹੁਤ ਦੇਖੇ ਜਾਂਦੇ ਸੀ, ਲੋਕ ਕੰਮ ਛੱਡ ਕੇ ਦੇਖਦੇ ਸੀ, ਸਾਨੂੰ ਅੱਗੋਂ ਮਿਲਿਆ ਵੀ ਆਪਾਂ ਨਹੀਂ ਬਣਾ ਸਕਦੇ ਕਈ ਬਣਾ ਸਕਦੇ, ਸੋ ਸਾਡੀ ਸਾਰੀ ਟੀਮ ਨੇ ਉਹ ਕਰ ਲਿਆ ਫੈਸਲਾ, ਅਸੀਂ ਬੰਬੇ ਵਾਲੇ ਮਿੱਤਰਾਂ ਦਾ ਵੀ ਸਹਿਯੋਗ ਲੈ ਲਿਆ ਜੀ, ਅਤੇ ਅਸੀਂ ਪਹਿਲੇ ਮੇਲਾ ਮੇਲੀਆਂ ਦੇ ਵਿੱਚ ਵੀ ਜੇ 8 ਗੀਤ ਗਵਾਏ ਅਤੇ 8 ਅਸੀਂ ਬੰਬੇ ਵਾਲੇ ਖੜ੍ਹੇ ਕਰਤੇ, ਧਰਮਿੰਦਰ ਜੀ, ਅਮਰੀਸ਼ ਪੁਰੀ, ਦਲੀਪ ਕੁਮਾਰ, ਹੇਮਾ ਮਾਲਨੀ, ਸ਼ਾਹਰੁਖ ਖਾਨ, ਉਸ ਬਾਰੇ ਵੀ ਗੱਲ ਕਰਨੀ ਸੀ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਹੈ ਕਿ ਕੋਈ ਵੀ ਗਾਣਾ ਕਿਸੇ ਸਿੰਗਰ ਦਾ ਆਉਂਦਾ ਤਾਂ ਉਹ ਵੀਡੀਓਜ਼ ਬਣਾ ਬਣਾ ਕੇ ਬਹੁਤ ਪਾਉਂਦੇ ਹੈ ਕਿ ਅੱਜ ਸਾਡੇ ਇਹਦਾ ਗਾਣੇ ਦਾ ਆਇਆ ਹੈ, ਅਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਸਪੋਰਟ ਕਰੋ, ਵੱਧ ਤੋਂ ਵੱਧ ਸਿੰਗਰ ਤੋਂ, ਇਹਨਾਂ ਵੱਡੇ ਤੋਂ, ਕਿਸੇ ਛੋਟੇ ਆਰਟਿਸਟ ਦਾ ਗਾਣਾ ਆਉਂਦਾ ਤਾਂ ਵੱਧ ਤੋਂ ਵੱਧ ਚਾਹੁੰਦਾ ਹੁੰਦਾ ਕਿ ਮੇਰਾ ਗਾਣਾ ਜ਼ਿਆਦਾ ਸ਼ੇਅਰ ਹੋਵੇ, ਕਿ ਸ਼ਾਇਦ ਮੈਂ ਵੱਡੇ ਸਟਾਰ ਤੋਂ ਕਹਾ ਦਾਂਗਾ ਤਾਂ ਜ਼ਿਆਦਾ। ਅਤੇ ਉਹਨਾਂ ਦਿਨਾਂ ਦੇ ਵਿੱਚ ਇੱਕੋ ਇੱਕ ਪ੍ਰੋਗਰਾਮ ਸੀਗਾ ਮੇਲਾ ਮੇਲੀਆਂ ਦਾ, ਜਿਹਦੇ ਵਿੱਚ ਕਿ ਵੱਡੇ ਵੱਡੇ ਬਾਲੀਵੁੱਡ ਦੇ ਸਟਾਰਸ ਸਾਰਿਆਂ ਨੇ, ਜਿਵੇਂ ਤੁਸੀਂ ਹੁਣ ਨਾਮ ਲਿਆ ਧਰਮਿੰਦਰ ਜੀ ਦਾ, ਹੇਮਾ ਮਾਲਨੀ ਜੀ ਦਾ, ਸਾਰਿਆਂ ਨੇ ਵਾਈਟਸ ਦੇ ਗਏ ਹੈ ਨਾ ਕਮਰੇ 'ਚ। ਇਸੇ ਤਰ੍ਹਾਂ ਅਸੀਂ 3-4 ਸਾਲ ਫਿਰ ਇੱਦਾਂ ਕਰਦੇ ਰਹੇ, ਅਸੀਂ ਉਸ ਤੋਂ ਬਾਅਦ ਗੋਵਿੰਦ ਹੁਣੀ ਜੀ, ਫਿਰ ਉਹ ਰਣਜੀਤ ਖਲਨਾਇਕ ਹੁੰਦਾ ਸੀਗਾ, ਸੁਖਵਿੰਦਰ ਛਈਆ ਛਈਆ ਵਾਲਾ, ਅਸੀਂ ਤਾਂ ਉਹ ਫਿਰ ਚਲੇ ਗਏ ਸੀ ਬਈ ਅਨੂਪਮ ਖੇਰ, ਡਾਇਰੈਕਟਰ ਸੁਭਾਸ਼ ਘਈ। ਵੈਸੇ ਇਹਨਾਂ ਚੀਜ਼ਾਂ ਦਾ ਫਾਇਦਾ ਹੁੰਦਾ ਇੱਕ ਆਰਟਿਸਟ, ਅਗਰ ਆਪਾਂ ਗੱਲ ਕਰੀਏ ਨੋਰਮਲ ਇੱਕ ਆਰਟਿਸਟ ਬਾਰੇ, ਉਦੋਂ ਇੱਕ ਸੀ ਜਿਹਨੂੰ ਓਪਨਿੰਗ ਕਹਿੰਦੇ ਆ ਨਾ, ਉਦੋਂ ਪੋਸਟਰਬਾਜ਼ੀ ਦਾ ਬਹੁਤ ਰਿਵਾਜ਼ ਸੀ ਜੀ, ਦੁਕਾਨਾਂ ਦੇ ਉੱਤੇ ਜਦੋਂ ਪੋਸਟਰ ਲਮਕਦਾ ਸੀ ਨਾ, ਉਹਦੇ ਨਾਲ ਸਿੰਗਰਾਂ ਦੇ ਨਾਲ ਜਦੋਂ ਬੰਬੇ ਵਾਲੇ ਕਲਾਕਾਰ ਦੀਂਦੇ ਸੀਗੇ ਜੀ, ਉਹ ਗੱਲ ਅਟਰੈਕਟ ਕਰ ਜਾਂਦੀ ਸੀ, ਉਦੋਂ ਦੂਸਰਾ ਸਾਨੂੰ ਨਹੀਂ ਸੀ ਪਤਾ ਕਿ ਇੰਨੀ ਅਟਰੈਕਟ ਕਰ ਜੂਗੀ ਜੀ, ਅਤੇ ਉਹ ਕਰ ਗਈ ਵੀ ਅੱਛਾ ਪੋਸਟਰ ਦੇ ਵਿੱਚ ਅੱਛੇ ਆ ਵੀ ਦੇਖਾਂਗੇ ਕਿੱਦਾਂ ਧਰਮਿੰਦਰ ਕੀ ਕਹਿੰਦਾ ਜਾਂ ਅਮਰੀਸ਼ ਪੁਰੀ ਕੀ ਕਹਿੰਦਾ ਜੀ, ਉਹ ਗੱਲ ਪਲੱਸ ਪੁਆਇੰਟ ਬਹੁਤ ਸਾਬਤ ਹੋਈ, ਉਦੋਂ ਬਾਅਦ ਤਾਂ ਗੀਤਾਂ ਨਹੀਂ ਸੰਭਾਲਣਾ ਸੀ ਭਾਵੇਂ ਜੀ, ਅਤੇ ਲੇਕਿਨ ਉਦੋਂ ਉਹ ਜਿਹੜੀ ਓਪਨਿੰਗ ਫਰਕ ਪਿਆ ਵੀ ਲੱਖ 1,15,000 ਕੈਸਟ ਦਾ ਨਿਕਲਣਾ ਜੀ, ਅਤੇ ਹੈਰਾਨੀ ਵਾਲੀ ਗੱਲ ਸੀ। ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਜੀ, ਕਿਉਂਕਿ ਇੰਨੀਆਂ ਸਾਰੀਆਂ ਗੱਲਾਂ ਨਾ, ਅੱਧੀਆਂ ਗਿਆ, ਬਹੁਤ ਸਾਰੀਆਂ ਰਹਿ ਗਈਆਂ, ਮੈਂ ਤਾਂ ਛੋਟੀ ਛੋਟੀਆਂ ਗੱਲਾਂ ਪੁੱਛੀਆਂ ਕਿ ਚਲੋ ਮੇਨ ਥੋੜ੍ਹਾ ਜਿਹਾ ਹੋਵੇ, ਹੈ ਨਾ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ ਅੱਜ ਗੱਲਾਂ ਬਾਤਾਂ ਕਰਕੇ। ਅਤੇ ਕੋਈ ਜਾਂਦੇ ਜਾਂਦੇ ਸਾਡੀ ਆਡੀਅੰਸ ਨੂੰ, ਚੈਨਲ ਸਤਰੰਗ ਦੀ ਨੂੰ, ਆਪਣੇ ਚਾਹੁਣ ਵਾਲਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਕਹਿੰਦਾ ਸੀ ਮੈਸੇਜ ਦੇਣ ਦੇ ਤਾਂ ਹੁਣ ਜ਼ਮਾਨੇ ਨਹੀਂ ਰਹੇ, ਮੈਸੇਜ ਦਾ ਨਾ ਅਸਰ ਹੁੰਦਾ, ਉਹਦੇ ਨਾਲੋਂ ਮੈਂ ਕਰਦਾ ਕਿ ਇੱਕ ਗੀਤ ਦੀਆਂ 2 ਕੁ ਲਾਈਨਾਂ ਗੁਣਗੁਣਾ ਕੇ। ਜ਼ਰੂਰ ਜੀ, ਜ਼ਰੂਰ ਦਿੰਦਾ। ਇਹ ਲੋਕ ਸਾਜ਼ਾਂ ਦੇ ਉੱਤੇ ਇੱਕ ਮੈਂ ਗੀਤ ਲਿਖਿਆ ਸੀ ਜੀ, ਗੀਤ ਪਿਆਰਾ ਲੱਗਦਾ ਸੀ ਮੈਨੂੰ ਜੀ, ਭਾਵੇਂ ਪਾਪੂਲਰ ਗੀਤ ਨਹੀਂ ਹੈ ਪਰ ਪਿਆਰਾ ਹੈ, ਉਹ ਸੀ ਕਿ ਤੂੰ ਵੀ ਬਣ ਬੈਠੀ ਪਟਰਾਣੀ, ਤੂੰ ਵੀ 5 ਦਰਿਆ ਦੀ ਰਾਣੀ, ਇਹ ਸ਼ਕਤੀ ਹੈ ਇਹ ਕਮਜ਼ੋਰੀ ਸਭ ਕਲਾਕਾਰਾਂ ਦੀ, ਇੱਕ ਤਾਰ ਨੇ ਬਸ ਕਰਾਤੀ 100-100 ਤਾਰਾਂ ਦੀ, ਇੱਕ ਤਾਰ ਨੇ ਬਸ ਕਰਾਤੀ 100-100 ਤਾਰਾਂ ਦੀ, ਰੋਂਦੀ ਦਿਨ ਤੇ ਰਾਤ ਸਰੰਗੀ ਪਈਆਂ ਕੀਲੀ ਉੱਤੇ ਟੰਗੀ, ਕੀਲੀ ਉੱਤੇ ਟੰਗੀ ਵਕਤ ਮੈਂ ਕਿਵੇਂ ਗੁਜ਼ਾਰਾਂਗੀ,
ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਤੀ ਤਾਹਾਂ ਮਾਰ ਲਗੋ ਜ਼ੇ ਰੋਏ ਕਹਿੰਦੇ ਹੋ ਗਏ ਹਾਂ ਅਦਮ ਹੋਏ ਹੋ ਗਏ ਹਾਂ ਅਦਮ ਹੋਏ ਸਾਰ ਕੋਈ ਲਵੇ ਨਾ ਯਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਸੰਧੂ ਨਾਲ ਜਰਾਨਾ ਲਾ ਕੇ ਤੂੰ ਵੀ ਫਿਰਦੀ ਧੌਣ ਅਕੜਾ ਕੇ ਫਿਰਦੀ ਧੌਣ ਅਕੜਾ ਕੇ ਝਾਂਟੀ ਲੈਂਦੀ ਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਬਹੁਤ ਵਧੀਆ ਬਹੁਤ ਵਧੀਆ ਤਾਰ ਤੋਂ ਤੁਸੀਂ ਗੱਲ ਕੀਤੀ ਤਾਰ ਤੋਂ ਮੇਰੇ ਯਾਦ ਆਇਆ ਕਿ ਤੁਸੀਂ ਤੂੰ ਵੀ ਬਹੁਤ ਵਧੀਆ ਪਲੇਅ ਕਰਦੇ ਹੋ ਹਾਂ ਤੂੰ ਵੀ ਪਲੇਅ ਕਰਦਾ ਮੈਂ ਤੂੰ ਵੀ ਦੇ ਉੱਤੇ ਚਾਰ ਪੰਜ ਵਾਰ ਗੀਤ ਲਿਖੇ ਇੱਕ ਵਾਰ ਹੰਸਰਾਜ ਨੇ ਵੀ ਗਾਇਆ ਸੀ ਇਸ਼ਕੇ ਦੀ ਤੂੰ ਵੀ ਤੁਣ ਤੁਣ ਵੱਜਦੀ ਅਤੇ ਬਹੁਤ ਮਨ ਪਾਉਂਦਾ ਸਾਜ਼ ਆ ਹਾਂਜੀ ਜਿਵੇਂ ਕਬੱਡੀ ਖੇਡ ਤੂੰ ਵੀ ਲੋਕ ਸਾਜ਼ ਢੋਲ ਅੱਜ ਵੈਸੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕੋਈ ਇੰਟਰਵਿਊ ਨਹੀਂ ਸੀ ਨੋਰਮਲੀ ਗੱਲਾਂ ਸੀ ਨੋਰਮਲ ਵੈਸੇ ਹੀ ਗੱਲਾਂ ਕੀਤੀਆਂ ਸੀਗੀਆਂ ਕਿ ਚਲੋ ਜਿਹੜੇ ਸਾਰੇ ਦਰਸ਼ਕ ਬੈਠੇ ਨੇ ਉਹ ਇੱਕ ਵਾਰ ਰੂਬਰੂ ਹੋ ਜਾਣ ਅਤੇ ਸਾਡੀ ਬਹੁਤ ਦਿਲੋਂ ਤਮੰਨਾ ਸੀਗੀ ਕਿ ਅਸੀਂ ਇੱਕ ਵਾਰ ਆਪਣੇ ਸਟੂਡੀਓ ਦੇ ਵਿੱਚ ਸ਼ਮਸ਼ੇਰ ਸੰਧੂ ਜੀ ਨੂੰ ਬੁਲਾਈਏ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ ਸੋ ਥੈਂਕ ਯੂ ਸੋ ਮੱਚ ਤੁਹਾਡਾ ਜੀ ਤੁਸੀਂ ਅੱਜ ਕੀਮਤੀ ਟਾਈਮ ਦਿੱਤਾ ਸਾਡੇ ਸਟੂਡੀਓ ਦੇ ਵਿੱਚ ਆ ਕੇ ਅਤੇ ਆਪਣਾ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਮੈਂ ਵੀ ਧੰਨਵਾਦੀ ਹਾਂ ਤੁਹਾਡਾ ਭਾਈ ਇੰਨਾ ਟਾਈਮ ਦਿੱਤਾ ਨਹੀਂ ਤਾਂ ਅਸੀਂ ਤਾਂ ਸਮਝਦੇ ਵੀ ਅਸੀਂ ਤਾਂ ਹੁਣ ਪੁਰਾਣੇ ਬੰਦੇ ਹੋ ਗਏ ਨਹੀਂ ਨਹੀਂ ਤੁਸੀਂ ਅੱਜ ਵੀ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਵਾਸਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਕੇ ਸੋ ਸਤਰੰਗ ਸੈਲੀਬ੍ਰਿਟੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੀ ਨਵੀਂ ਨਵੀਂ ਸੈਲੀਬ੍ਰਿਟੀਜ਼ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ ਅਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਮਿਲਾਂਗੇ ਜੀ ਅਗਲੇ ਐਪੀਸੋਡ ਦੇ ਵਿੱਚ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਸ਼ਮਸ਼ੇਰ ਸੰਧੂ ਉਮੀਦ ਕਰਦਾ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜਿਨ੍ਹਾਂ ਨੇ ਸਤਰੰਗ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ